ਪੰਜਾਬੀਆਂ ਦੀ ਬੰਤਰਜਾ ਦਿੱਖ ਨੂੰ ਤਬਦੀਲ ਕਰਨ ਦੇ ਵਿੱਚ ਕਿਸ ਦੀ ਸਾਜ਼ਿਸ਼। ਸ਼ਹੀਦ ਸਰਦਾਰ ਊਧਮ ਸਿੰਘ ਕੌਣ ਸੀ? ਸ਼ਹੀਦ ਊਧਮ ਸਿੰਘ ਯੋਧਾ ਸੀ ਜਾਂ ਭਿਖਾਰੀ? ਜਲਿਆਂਵਾਲੇ ਬਾਗ 'ਚ ਲੱਗਿਆ ਹੋਇਆ ਸ਼ਹੀਦ ਊਧਮ ਸਿੰਘ ਹੋਣਾ ਦਾ ਬੁੱਤ ਇਸ ਤਰ੍ਹਾਂ ਕਿਉਂ ਲਗਾਇਆ ਗਿਆ? ਵੱਡਾ ਸਵਾਲ ਇਸ ਸਮੇਂ ਖੜਾ ਹੁੰਦਾ। ਤੇਰਾਂ ਅਪ੍ਰੈਲ 1919 ਨੂੰ ਇੱਕ ਘਟਨਾ ਵਾਪਰੀ। ਜਲਿਆਂਵਾਲਾ ਬਾਗ ਨੂੰ ਅੰਮ੍ਰਿਤਸਰ ਕੰਧ ਵੀ ਕਿਹਾ ਜਾਂਦਾ ਹੈ। ਇਸ ਦਿਨ ਜਨਰਲ ਡਾਇਰ ਨੇ ਬਾਗ ਵਿੱਚ ਮੌਜੂਦ ਭਾਰਤੀ ਪ੍ਰਦਰਸ਼ਨਕਾਰੀਆਂ ਨੂੰ ਸ਼ੂਟ ਕਰਨ ਦਾ ਹੁਕਮ ਦਿੱਤਾ ਸੀ। ਭਾਰਤੀ ਲੋਕ ਜਲਿਆਂਵਾਲੇ ਬਾਗ ਵਿੱਚ ਰੋਲਟ ਐਕਟ ਦੇ ਵਿਰੁੱਧ ਰੋਸ ਪ੍ਰਗਟਾ ਰਹੇ ਸਨ। ਇਸ ਬਾਗ ਦੇ ਆਲੇ ਦੁਆਲੇ ਦੀਆਂ ਉੱਚੀਆਂ ਕੰਧਾਂ ਸਨ ਅਤੇ ਇਹ ਇੱਕ ਸਧਾਰਨ ਬਾਗ ਸੀ ਜੋ ਇਸ ਦੇ ਅੰਦਰ ਆਉਣ ਦਾ ਚੰਗਾ ਤਰੀਕਾ ਸੀ। ਜਿਸ ਦਿਨ ਇਹ ਘਟਨਾ ਵਾਪਰੀ ਉਹ ਵਿਸਾਖੀ ਦਾ ਦਿਨ ਸੀ। ਜਲਿਆਂਵਾਲੇ ਬਾਗ ਵਿੱਚ ਕਰੀਬ 1000 ਲੋਕ ਮਾਰੇ ਗਏ ਸਨ। ਇਸ ਬਾਗ ਵਿੱਚ ਇੱਕ ਖੂਹ ਸੀ ਜਿਸ ਵਿੱਚ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਬਚਾਉਣ ਲਈ ਇਸ ਵਿੱਚ ਛਾਲ ਮਾਰੀ ਸੀ। ਇਸ ਖੂਹ ਨੂੰ ਸ਼ਹੀਦ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਖੂਹ ਤੋਂ 120 ਲਾਸ਼ਾਂ ਮਿਲੀਆਂ ਜਿਸ ਵਿੱਚ ਮੁਰਦੇ ਬੱਚੇ ਅਤੇ ਔਰਤਾਂ ਵੀ ਸਨ। ਇਹ ਕਿਹਾ ਜਾਂਦਾ ਹੈ ਕਿ ਖੂਹ ਲੋਕਾਂ ਦੀਆਂ ਲਾਸ਼ਾਂ ਨਾਲ ਭਰਿਆ ਹੋਇਆ ਸੀ। ਗੋਲੀਆਂ ਦੇ ਨਿਸ਼ਾਨ ਅਜੇ ਵੀ ਇਸ ਬਾਗ ਦੀਆਂ ਕੰਧਾਂ ਤੇ ਵੇਖ ਸਕਦੇ ਹਾਂ। ਕਿਹਾ ਜਾਂਦਾ ਹੈ ਕਿ ਬਾਗ ਵਿੱਚ ਤਕਰੀਬਨ 1650 ਗੋਲੀਆਂ ਚੱਲੀਆਂ ਸਨ। ਜਲਿਆਂਵਾਲੇ ਬਾਗ ਵਿੱਚ ਉਸੇ ਦਿਨ ਨਾਨ ਸਟਾਪ ਗੋਲੀਆਂ 10 ਮਿੰਟ ਚਲਾਈਆਂ ਗਈਆਂ। ਜਨਰਲ ਡਾਇਰ ਦੇ ਹੁਕਮ ਮਾਂ ਦੇ ਅਨੁਸਾਰ ਇਸ ਘੁਟਾਲੇ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ ਜਿਸ ਕਾਰਨ ਹਸਪਤਾਲ ਵਿੱਚ ਵੀ ਨਹੀਂ ਜ਼ਖਮੀ ਪਹੁੰਚ ਸਕੇ ਸਨ। ਘਟਨਾ ਤੋਂ ਬਾਅਦ ਜਨਰਲ ਡਾਇਰ ਨੂੰ ਉਸਦੀ ਪੋਸਟ ਤੋਂ ਮੁਅੱਤਲ ਕਰ ਦਿੱਤਾ ਗਿਆ ਅਤੇ ਉਹ ਵਾਪਸ ਬ੍ਰਿਟੇਨ ਪਰਤਿਆ। ਇਸ ਤੋਂ ਬਾਅਦ ਸਰਦਾਰ ਊਧਮ ਸਿੰਘ ਹੋਰਾਂ ਨੇ 1940 ਨੂੰ ਜਨਰਲ ਡਾਇਰ ਨੂੰ ਮਾਰ ਕੇ ਜਲਿਆਂਵਾਲਾ ਬਾਗ ਦੀ ਘਟਨਾ ਦਾ ਬਦਲਾ ਲਿਆ। ਪੰਜਾਬੀਆਂ ਦੀ ਬੰਤਰਜਾ ਦਿੱਖ ਨੂੰ ਤਬਦੀਲ ਕਰਨ ਦੇ ਵਿੱਚ ਕਿਸ ਦੀ ਸਾਜ਼ਿਸ਼? ਸ਼ਹੀਦ ਸਰਦਾਰ ਊਧਮ ਸਿੰਘ ਕੌਣ ਸੀ? ਸ਼ਹੀਦ ਊਧਮ ਸਿੰਘ ਯੋਧਾ ਸੀ ਜਾਂ ਭਿਖਾਰੀ? ਜਲਿਆਂਵਾਲੇ ਬਾਗ 'ਚ ਲੱਗਿਆ ਹੋਇਆ ਸ਼ਹੀਦ ਊਧਮ ਸਿੰਘ ਹੋਣਾ ਦਾ ਬੁੱਤ ਇਸ ਤਰ੍ਹਾਂ ਕਿਉਂ ਲਗਾਇਆ ਗਿਆ? ਵੱਡਾ ਸਵਾਲ ਇਸ ਸਮੇਂ ਖੜਾ ਹੁੰਦਾ ਹੈ।